ਪਿਆਂ ਦੀ ਲਾਜ ਤੇਰੇ ਲਈ ਮੈਂ ਗਵਾਈ ਵੇ। ਸ਼ਰਮਾ ਦੇ ਫੈਨਸ ਦੇ ਲਈ ਖਾਸ ਅਪਡੇਟ ਆਈ ਸਾਹਮਣੇ। ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਨਵੀਂ ਵੀਡੀਓ ਕੀਤੀ ਸਾਂਝੀ। ਇਸ ਵੀਡੀਓ ਕਲਿੱਪ ਦੇ ਵਿੱਚ ਸਾਨੂੰ ਸੁਨੰਦਾ ਸ਼ਰਮਾ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਸੁਨੰਦਾ ਸ਼ਰਮਾ ਦੇ ਵੱਲੋਂ ਇਸ ਵੀਡੀਓ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝਾ ਕੀਤਾ ਗਿਆ ਹੈ। ਇਸ ਗੀਤ ਨੂੰ ਗਾਉਂਦਿਆਂ ਦੀ ਵੀਡੀਓ ਸੁਨੰਦਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਸਾਂਝਾ ਕੀਤੀ ਹੈ, ਜਿਸ ਨੂੰ ਦੇਖ ਕੇ ਕਿ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਇੰਪ੍ਰੈਸ ਹੋ ਰਹੇ ਨੇ ਤੇ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ। ਤੁਸੀਂ ਵੀ ਸੁਨੰਦਾ ਸ਼ਰਮਾ ਦੇ ਗੀਤ ਗਾਉਂਦੇ ਹੋਏ ਦੀ ਵੀਡੀਓ ਆਪਣੀਆਂ ਸਕਰੀਨਸ ਤੇ ਵੇਖ ਸਕਦੇ ਹੋ। ਸੋ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਅਸੀਂ ਸੁਨੰਦਾ ਸ਼ਰਮਾ ਦੇ ਸੋਸ਼ਲ ਮੀਡੀਆ ਹੈਂਡਲ ਦੀ, 8.6 million ਯਾਨੀ ਕਿ 86 lakh ਤੋਂ ਵੀ ਵੱਧ ਲੋਕ ਸੁਨੰਦਾ ਸ਼ਰਮਾ ਨੂੰ ਉਹਨਾਂ ਦੇ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ। ਇਹ ਵੀ ਦੱਸ ਦੇ ਕਿ ਸੁਨੰਦਾ ਸ਼ਰਮਾ ਵੀ ਆਪਣੇ ਫੈਨਸ ਦੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਨੇ, ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ, ਜਿਸ ਨੂੰ ਕਿ ਉਹਨਾਂ ਦੇ ਦਰਸ਼ਕ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਸੁਨੰਦਾ ਸ਼ਰਮਾ ਦੇ ਵੱਲੋਂ ਇਹਨਾਂ ਵੀਡੀਓ ਕਲਿੱਪਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝਾ ਕੀਤਾ ਗਿਆ ਹੈ। ਸੋ ਤੁਹਾਨੂੰ ਸੁਨੰਦਾ ਵੱਲੋਂ ਬਣਾਈਆਂ ਗਈਆਂ ਵੀਡੀਓ ਕਲਿੱਪਸ ਕਿੰਨੀਆਂ ਪਸੰਦ ਆਉਂਦੀਆਂ ਨੇ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਤੋਂ ਇਲਾਵਾ ਹੁਣ ਜੇਕਰ ਗੱਲ ਕਰੀਏ ਅਸੀਂ ਸੁਨੰਦਾ ਸ਼ਰਮਾ ਦੇ ਵਰਕ ਗ੍ਰਾਫ ਦੀ, ਆਪਣੇ ਫੈਨਸ ਦੇ ਲਈ ਨਵੇਂ ਨਵੇਂ ਗੀਤ ਵੀ ਲੈ ਕੇ ਆਉਂਦੇ ਰਹਿੰਦੇ ਨੇ ਤੇ ਸੁਨੰਦਾ ਸ਼ਰਮਾ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਚੂਜ਼ੀ ਵੀ ਰਹਿੰਦੇ ਨੇ। ਸੁਨੰਦਾ ਸ਼ਰਮਾ ਦੇ ਵੱਲੋਂ ਆਪਣੇ ਫੈਨਸ ਦੇ ਲਈ ਵੱਖ ਵੱਖ ਤਰ੍ਹਾਂ ਦੇ ਸੌਂਗ ਲੈ ਕੇ ਆਉਂਦੇ ਜਾਂਦੇ ਨੇ, ਜਿਸ ਨੂੰ ਕਿ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਨੇ। ਸੋ ਸੁਨੰਦਾ ਸ਼ਰਮਾ ਨੇ ਰੀਸੈਂਟਲੀ ਆਪਣੇ ਫੈਨਸ ਦੇ ਲਈ ਜੋ ਵੀ ਗੀਤ ਰਿਲੀਜ਼ ਕੀਤੇ ਨੇ, ਦਰਸ਼ਕ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁਨੰਦਾ ਆਪਣੇ ਫੈਨਸ ਦੇ ਲਈ ਵੱਖ ਵੱਖ ਗੀਤ ਰਿਲੀਜ਼ ਕਰਨ ਵਾਲੇ ਨੇ। ਰੀਸੈਂਟਲੀ ਸੁਨੰਦਾ ਸ਼ਰਮਾ ਆਪਣੀ ਮਿਊਜ਼ਿਕ ਆਈਡੀਅਲ ਨਸੀਬੋ ਲਾਲ ਜੀ ਨੂੰ ਵੀ ਮਿਲੇ ਨੇ, ਜਿਸ ਦੀਆਂ ਕਈ ਵੀਡੀਓ ਕਲਿੱਪਸ ਵੀ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝਾ ਕੀਤੀਆਂ ਨੇ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੇ ਵਿੱਚ ਹੁਣ ਤੱਕ ਕਈ ਸੁਪਰ ਹਿੱਟ ਗੀਤ ਦਿੱਤੇ ਨੇ, ਇਹਨਾਂ ਗੀਤਾਂ ਦੇ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਹੈ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਸੁਨੰਦਾ ਸ਼ਰਮਾ ਦੇ ਗਾਏ ਗੀਤ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ ਕਮੈਂਟ ਕਰਕੇ ਦੱਸ ਸਕਦੇ ਹੋ। ਕਿਤੇ ਸੋਸ਼ਲ ਮੀਡੀਆ ਤੇ ਜੋ ਸੁਨੰਦਾ ਸ਼ਰਮਾ ਆਪਣੇ ਫੈਨਸ ਲਈ BTS ਵੀਡੀਓਜ਼ ਜਾਂ ਫਿਰ ਖੁਦ ਗਾ ਕੇ ਲਾਈਵ ਗੀਤਾਂ ਦੀ ਵੀਡੀਓ ਸਾਂਝਾ ਕਰਦੇ ਰਹਿੰਦੇ ਨੇ, ਉਹ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।